ਬਸ ਤੇ ਇਹ ਬਸ ਹੌਸਲਾ ਰੱਖ ਆ ਗਿਆ ਪਤਨੇ ਲਈ ਲੈ ਮੈਂ ਤਾਂ ਅੱਜ ਲੱਡੂ ਵੰਡਣੇ ਆ ਲੈ ਆਪਣੇ ਤਾਂ ਗੁੱਸੇ ਆਉਣ ਵਾਲੀ ਆ ਬਸ ਆਪਾਂ ਪਹੁੰਚਣ ਵਾਲੀ ਆ ਆ ਗਏ ਬਸ ਆ ਗਏ ਹਸਪੀਟਲ ਆ ਗਏ ਚੁੱਪ ਕਰ ਬਸ ਮੇਰੀ ਤੀ ਬਸ 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 ਆ ਗਏ ਲੈ ਵਾਹਿਗੁਰੂ ਜੀ ਦੀ ਕਿਰਪਾ ਚਾਹੀਦੀ ਬਸ ਬੇਬੇ ਜੀ ਵਧਾਈ ਹੋਵੇ ਤੁਸੀਂ ਦਾਦੀ ਬਣ ਗਏ ਧੀ ਆਈ ਹੈ ਡਾਕਟਰ ਸਾਹਿਬ ਇਹ ਦੱਸੋ ਮੇਰੇ ਦੋਨੋਂ ਜੀ ਠੀਕ ਨੇ ਹਾਂ ਹਾਂ ਠੀਕ ਨੇ ਤੁਸੀਂ ਇੱਕ ਘੰਟੇ ਬਾਅਦ ਦੋਵਾਂ ਨੂੰ ਮਿਲ ਸਕਦੇ ਹੋ ਸ਼ੁਕਰ ਹੈ ਤੇਰਾ ਦਾਤਿਆ ਬੇਬੇ ਤੂੰ ਦੋਨੋਂ ਜੀਆਂ ਦਾ ਖਿਆਲ ਰੱਖੀ ਮੈਂ ਵਾਹਿਗੁਰੂ ਜੀ ਦਾ ਗੁਰਦੁਆਰੇ ਜਾ ਕੇ ਸ਼ੁਕਰਾਨਾ ਕਰਕੇ ਆਉਂਦਾ ਸ਼ੁਕਰਾਨਾ ਤਾਂ ਐਂ ਕਰਦਾ ਫਿਰਦਾ ਜਿਵੇਂ ਮੁੰਡਾ ਜੰਮਿਆ ਹੋਵੇ ਸਤਿਗੁਰ ਦਇਆ ਕਰੋ ਸਤਿਗੁਰ ਦਇਆ ਕਰੋ ਦਇਆ ਇਹ ਸੱਚੇ ਬਾਦਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ ਅੱਜ ਤੂੰ ਮੇਰੀ ਅਰਦਾਸ ਨੇੜੇ ਹੋ ਕੇ ਸੁਣੀ ਮੈਨੂੰ ਧੀ ਦੀ ਦਾਤ ਬਖਸ਼ੀ ਇਸੇ ਤਰ੍ਹਾਂ ਮਿਹਰ ਬਣਾਈ ਰੱਖੀ ਮਾਲਕਾ ਬੀਜੀ ਤੁਹਾਨੂੰ ਵਧਾਈ ਹੋਵੇ ਤੁਸੀਂ ਦਾਦੀ ਬਣ ਗਏ ਹੋ ਵਧਾਈ ਨਾ ਕਾਹਦੀ ਵਧਾਈ ਨਾ ਤੂੰ ਕਹਾਂ ਮੁੰਡਾ ਜੰਮਿਆ 20 ਵਾਰੀ ਕਿਹਾ ਸੀ ਵੀ ਚੈੱਕ ਕਰਾ ਲਓ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਆ ਪੱਥਰ ਮਾਰਿਆ ਮੇਰੇ ਮੱਥੇ ਆ ਦੇਖ ਨੀ ਦੇਖ ਇੱਧਰ 20,000 ਲੈ ਕੇ ਆਈ ਸੀ ਪੂਰਾ ਵੀ ਪੋਤੇ ਦੇ ਸਿਰ ਤੋਂ ਮਾਰੂੰਗੀ ਪਰ ਆ ਉਤਰੀ ਦੇ ਤਾਂ ਮੈਂ ਧੇਲੀ ਵੀ ਨਾ ਮਾਰਾਂ ਬੀਜੀ ਇੱਦਾਂ ਕਿਉਂ ਕਹਿ ਰਹੇ ਹੋ ਇਹ ਵੀ ਤਾਂ ਤੁਹਾਡਾ ਹੀ ਖੂਨ ਆ ਗੱਲ ਸੁਣ ਲੈ ਨੀ ਕੰਨ ਖੋਲ ਕੇ ਅਗਲੇ ਸਾਲ ਮੈਨੂੰ ਮੁੰਡਾ ਹੀ ਚਾਹੀਦਾ ਜੇ ਜੰਮੀ ਕੁੜੀ ਤਾਂ ਚੱਕ ਕੇ ਜੁੱਲੀ ਮਿਸਤਰੀ ਤੁਰ ਜੀ ਆਪਣੇ ਪਿਓ ਦੇ ਘਰ ਮੇਰੇ ਪੁੱਤ ਨੂੰ ਬੂਹਾਂ ਦਾ ਘਾਟਾ ਨੀ ਪਰ ਬੀਜੀ ਡਾਕਟਰ ਤਾਂ ਕਹਿ ਰਿਹਾ ਸੀ ਕਿ ਹਲੇ ਮੇਰੇ ਖੂਨ ਦੀ ਬਹੁਤ ਕਮੀ ਆ ਤੇ ਅਗਲੇ ਬੱਚੇ ਬਾਰੇ ਤਾਂ ਹਲੇ ਸੋਚਣਾ ਵੀ ਨਹੀਂ ਬੱਲੇ ਨੀ ਤੂੰ ਕਿਤੇ ਮਰਨ ਲੱਗੀ ਆ ਮੈਂ ਨੀ ਚਾਰ ਚਾਰ ਮੁੰਡੇ ਜੰਮੇ ਮੈਨੂੰ ਤਾਂ ਅਗਲੇ ਸਾਲ ਹੀ ਮੁੰਡਾ ਚਾਹੀਦਾ ਮੇਰਾ ਕੀ ਪਤਾ ਮੈਂ ਕਦੋਂ ਅੱਖਾਂ ਵਿੱਚ ਜਾ ਓਏ 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 ਮੇਰਾ ਨੰਨਾ ਪੁੱਤ ਕਿਉਂ ਰੋ ਰਿਹਾ ਹੈ ਆ ਜਾ ਆ ਜਾ ਓਲੇ 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 ਕਿਉਂ ਰੋ ਰਿਹਾ ਨੰਨਾ ਪੁੱਤ ਕਮਲ ਤੇਰੀ ਅੱਖਾਂ 'ਚੋਂ ਹੰਝੂ ਤੂੰ ਖੁਸ਼ ਤਾਂ ਹੈ ਹਾਂਜੀ ਮੈਂ ਬਹੁਤ ਖੁਸ਼ ਹਾਂ ਇਹ ਤਾਂ ਖੁਸ਼ੀ ਦੇ ਅੱਥਰੂ ਨੇ ਨਾਲੇ ਮੈਨੂੰ ਇੰਨਾ ਚੰਗਾ ਘਰ ਵਾਲਾ ਤੇ ਮੇਰੀ ਧੀ ਨੂੰ ਇੰਨਾ ਚੰਗਾ ਪਿਓ ਜੂ ਮਿਲਿਆ ਤੂੰ ਫਿਕਰ ਨਾ ਕਰ ਮੈਂ ਹੈਗਾ ਨਾ ਇੱਕ ਮਿੰਟ ਹਾਂਜੀ ਹਾਂਜੀ ਰੋਣਾ ਨਹੀਂ ਦੇਖਿਆ ਹੁਣ ਆਪਾਂ ਆਪਣੇ ਘਰ ਆ ਗਏ ਪਾਪਾ ਹੁਣੇ ਆਉਣਗੇ ਕੀੜਾ ਤਾਂ ਨੀ ਹੈ
की भा लाए है बे भाई आकी आकी में लाई है 30 रुपये किलो फोट इन्नी महंगी कुड़े बसंत करे बड़े दिन बाद दिखी है तू ता दसा भेने काम कर ही अजे कुड़े कोई नूह वाल होई है बधाई बधोई इस बार खवाएंगी लड्डू लुड्डू कि नहीं की दसा मिंद्रो 6-7 महीने की कुड़ी है पहला हूँ फिर है अगे देखो रंग करतार दे नहीं ए बार गलती ना कर ली चेकअप करवा ली मगरों पछताना पैदा कुड़े मैं कड़ा नहीं चाहती भी मुंडा हो जाए पर की दसा मेरा मुंडा ही नहीं मनता नी फोट कमल ही है तू तो मुंडे नू दसना जरूर है नहीं मैं एक डॉक्टर नू जानती हूँ अच्छा वो तो हाथ ला के दस दें भी मुंडा है के कुड़ी अच्छा होर रुपया 15,000 लगूगा 15,000 15,000 च पता तो लग जू ते जे होई कुड़ी टीका लवा के अंदरों अंदरी खत्म ओदा भैने 25,000 रुपया खर्चा हो रहा 40,000 च छुटकारा मिलता है होर दस तू की भाल दी है हां चंगा मिंद्रो मैं देख दी हूं फिर बड़ा कोई ब्योंत हां चल आ पाता चंगा फिर हां सोची आ पा दे ओहो अज तो थकी पई हां कुड़े धीए लिया घुट पानी दा लिया मेरी धी आगे भी जी बड़ी देर लाती आलो पानी होर धीए बह जा तू भी कुछ खादा पीता कि नहीं इस हालत च बड़ा कम नहीं करीदा हुंदा अपना ध्यान रख्या कर ठीक है कुड़े धीए की दसा तेनू बस तां टाइम लग गया उथे तेरी मिंद्रो चाची मिल गई अच्छा? मैनू कहिंदी आ 5वें महीने कोई टीका टूका लगदा हुंदा हस्पताल च डॉक्टर नाल मैं आपे गल कर लूं इस करके आपां कल नूं हस्पताल चलांगे ठीक है बीजी ले आ हरमन पुत भी आ गया तुसी करो गल्लां बातां ते मैं कड़ी राम करदी आ बह जा पुत बह जा किद्दां फिर की कहिंदी सी बेबे हरमन बीजी ना मिंद्रो चाची दी गल करदे सी के कोई 5वें महीने टीका लगदा है ओदे वास्ते हस्पताल जाना कल ओ अच्छा अच्छा पर हरमन पता नहीं क्यों मैनू ना डर जिया लगदा तू डरदी का तो है वाहेगुरु अपने नाल है तू बिल्कुल भी चिंता ना कर ਹਸਪਤਾਲ ਹੈ ਕੁੜੀ ਮਿੰਦਰੋ ਇਹ ਤਾਂ ਉਹੀ ਹਸਪਤਾਲ ਹੈ ਜਿੱਥੇ ਆਹ ਕੁੜੀ ਜੰਮੀ ਸੀ ਉਹ ਪਹਿਲਾਂ ਤੁਸੀਂ ਕਿਸੇ ਹੋਰ ਡਾਕਟਰ ਕੋਲ ਆ ਗਏ ਹੋਣੇ ਹੋ ਨਾਲੇ ਇਹੋ ਜਿਹੇ ਕੰਮ ਅੰਦਰ ਖਾਤੇ ਹੀ ਹੁੰਦੇ ਨੇ ਮੇਰੇ ਡਾਕਟਰ ਨਾਲ ਗੱਲ ਕੀਤੀ ਹੋਈ ਹੈ ਤੂੰ ਇਹਨੂੰ ਮੇਰੇ ਨਾਲ ਭੇਜ ਹਾਂ जाती है जा अंदर ਕੁੜਾ ਕੁਛ ਬੋਲ ਵੀ ਕੀ ਬੋਲਾਂ ਉਹੀ ਕੁਛ ਹੋਇਆ ਜਿਹਦਾ ਡਰ ਸੀ ਹਾਏ ਵੇ ਰੱਬਾ ਇੱਕ ਹੋਰ ਪੱਥਰ ਆ ਗਿਆ ਫੜ ਪੈਸੇ ਫੜਦੇ ਫਾਹ
मेरा बच्चा डॉक्टर नाल गल करके आ। ओके मैं तुहानू 10 मिनट च बैक कॉल करदी हां। साडा बनदा माण भी कर दे हुण। आलू भैन जी तुहाडे 10,000 गिण लो पूरे ने। जे तुहाडे वर्गे विचोले ना ना होण तां साडी दुकानदारी किवें चलेगी। हाँ सच ये तो दस दो इस बारी आलने च चिड़ी सी के चिड़ा। इस बारी भी चिड़ा ही सी। डॉक्टर साहब कित्थे इस मुंडे दे जम्मण ते थानू 5,000 मिलते सी ते मारन दे पूरे 40,000 मानदे हो ना। बस रब ऐसे तरह सारयां दा भरोसा डॉक्टरां ते बनाए रखे। आ